ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਰਮੀਸ਼। ਤੁਸੀਂ ਕਿਸੇ ਸੱਜਣ ਮਿੱਤਰ ਨੇ ਸ਼ਾਇਦ ਕੋਈ ਫੋਟੋ ਵਟਸਐਪ ਗਰੁੱਪ 'ਤੇ ਪੈ ਗਈ, ਜਿਹਦੇ ਕਰਕੇ ਥੋੜ੍ਹੀ ਜਿਹੀ ਖਬਰ ਪੜ ਗਈ ਕਿ ਪਰਮੀਸ਼ ਦੀ ਡੈਥ ਹੋ ਗਈ। ਸਾਨੂੰ ਕਾਫੀ ਫੋਨ ਆ ਰਹੇ ਨੇ। ਸੋ ਇਹੋ ਜਿਹੀ ਕੋਈ ਟੈਨਸ਼ਨ ਨਹੀਂ ਜੀ, ਮੈਂ ਠੀਕ ਠਾਕ ਹਾਂ, ਹੋਸਪਿਟਲ ਆ ਗਿਆ ਜੀ ਟਾਈਮ ਸਿਰ। ਜਿਹੜੇ ਮੇਰੇ ਭਰਾ ਮੈਨੂੰ ਲੈ ਕੇ ਆਏ ਇੱਥੇ, ਫੈਨ ਸੀਗੇ, ਭਰਾ ਸੀਗੇ, ਮੇਰੇ ਲਈ ਤਾਂ ਰੱਬ ਦਾ ਰੂਪ ਸੀਗੇ। ਉਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਈ, ਜਿਹੜੇ ਤੁਸੀਂ ਗੱਡੀ 'ਚ ਲੈ ਕੇ ਆਏ। ਅਤੇ ਐਡੀ ਕੋਈ ਮੇਜਰ ਗੱਲ ਨਹੀਂ ਜੀ, ਟਾਂਕੇ ਟੂੰਕੇ ਲੱਗ ਗਏ, ਓਕੇ ਰਿਪੋਰਟ ਆ। ਅਤੇ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਆਪਣੇ ਠੀਕ ਠਾਕ ਹੋਵੋਗੇ ਜੀ। ਹੁਣ ਕਰਕੇ ਕਾਫੀ ਬਚਾਅ ਹੋ ਗਿਆ। ਅਤੇ ਜਿਹੜੀ ਵੀ ਕੋਈ ਤੁਹਾਡੇ ਕੋਲ ਜੇ ਕੋਈ ਫੋਟੋ ਫੋਟੋ ਆਈ ਆ ਗੱਡੀ ਦੀ, ਤਾਂ ਤੁਸੀਂ ਉਹਨੂੰ ਇੰਨਾ ਉੱਤੇ ਧਿਆਨ ਨਾ ਦਿਓ, ਅੱਗੇ ਵੀ ਫੋਰਵਰਡ ਨਾ ਕਰਿਓ। ਸਭ ਠੀਕ ਠਾਕ ਹੈ ਅਤੇ ਮੈਂ ਹੁਣ ਬਿਲਕੁਲ ਠੀਕ ਹਾਂ ਜੀ। ਅਤੇ 2-4 ਦਿਨ ਦੇ ਵਿੱਚ ਕੰਮ ਕਾਰ ਵਾਪਸ ਸ਼ੁਰੂ ਕਰ ਦਾਂਗੇ ਜੀ। ਅਤੇ ਸਟਿਚਿਸ ਲੱਗ ਗਏ, ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਜੀ, ਐਵੇਂ ਪਿਆਰ ਦਿੰਦੇ ਰਹੋ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨੇ, ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਕਰਕੇ ਅੱਜ ਮੈਂ ਇੱਥੇ ਹਾਂ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ, ਅਤੇ ਖਾਸ ਕਰਕੇ ਮੇਰੇ ਉਹ ਵੀਰਾਂ ਦਾ ਜਿਹੜੇ ਵੀਰ ਮੈਨੂੰ ਇੱਥੇ ਲੈ ਕੇ ਆਏ, ਉਹ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ, ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਅਤੇ ਮੈਂ ਠੀਕ ਹਾਂ ਜੀ। ਸੋ ਗੋਡ ਬਲੈਸ ਯੂ, ਵਾਹਿਗੁਰੂ ਮਿਹਰ ਕਰੇ, ਧਿਆਨ ਰੱਖੇ, ਅਤੇ ਆਪਣੇ ਜੋਤ ਦਾ ਵੀ ਧੰਨਵਾਦ ਜਿਹੜਾ ਨਾਲ ਬੈਠਾ ਜੀ, ਉਹਦੇ ਵਾਸਤੇ ਰਹੋ ਜੀ। ਪਰਮਾਤਮਾ ਤੁਹਾਨੂੰ ਤੰਦਰੁਸਤ